ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਵਿੱਡੀ ਗਈ ਲੜਾਈ ਨਾਲ ਜੁੜੀ ਸਭ ਤੋਂ ਵੱਡੀ ਅਪਡੇਟ ਇਹ ਹੀ ਹੈ ਕਿ 2 ਦਿਨ ਬੀਤ ਜਾਣ ਦੇ ਬਾਵਜੂਦ ਵੀ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਨ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਕਿਸਾਨਾਂ ਤੇ ਜਵਾਨਾਂ ਦਾ ਟਕਰਾਅ ਲਗਾਤਾਰ ਚੱਲ ਰਿਹਾ ਹੈ ਇਸ ਦਰਮਿਆਨ ਕੇਂਦਰ ਸਰਕਾਰ ਦੇ ਮੰਤਰੀਆਂ ਅਤੇ ਕਿਸਾਨ ਲੀਡਰਾਂ ਦੇ ਵਿਚਾਲੇ ਅੱਜ ਫੇਰ ਤੀਸਰੇ ਗੇੜ ਦੀ ਬੈਠਕ ਹੋਵੇਗੀ ਚੰਡੀਗੜ੍ਹ ਦੇ ਵਿੱਚ ਅੱਜ ਸ਼ਾਮ 5 ਵਜੇ ਇਹ ਮੀਟਿੰਗ ਦੀ ਗਈ ਹੈ ਜਿਸ ਨੂੰ ਕਿਸਾਨਾਂ ਨੇ ਕਬੂਲ ਕਰ ਲਿਆ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਸਰਵਣ ਸਿੰਘ ਭੰਦੇ ਅਤੇ ਸੁਰਜੀਤ ਸਿੰਘ ਫੂਲ ਨੇ ਕੱਲ ਸ਼ਾਮ ਨੂੰ ਕਿਸਾਨਾਂ ਅਤੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ ਕਿਸਾਨਾਂ ਨੇ ਪੂਰਾ ਦਿਨ ਸੰਜਮ ਵਰਤਿਆ ਉਹ ਕਿਸੇ ਤਰ੍ਹਾਂ ਦਾ ਟਕਰਾ ਨਹੀਂ ਚਾਹੁੰਦੇ ਪਰ ਕੇਂਦਰ ਸਰਕਾਰ ਕਿਸਾਨ ਅੰਦੋਲਨ ਨੂੰ ਹਿੰਸਕ ਕਰਨਾ ਚਾਹੁੰਦੀ ਹੈ ਕਿਸਾਨਾਂ ਨਾਲ ਦੁਸ਼ਮਣਾ ਵਰਗਾ ਵਿਹਾਰ ਕੀਤਾ ਜਾ ਰਿਹਾ ਹੈ ਦੇਸ਼ ਵਿਰੋਧੀ ਕਹਿ ਕੇ ਟਵਿੱਟਰ ਖਾਤੇ ਬੰਦ ਕੀਤੇ ਜਾ ਰਹੇ ਨੇ ਦੂਸਰੇ ਸੂਬਿਆਂ ਵਿੱਚ ਹਮਾਇਤੀ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਇਨ੍ਹਾਂ ਪ੍ਰਸਥਿਤੀਆਂ ਦੇ ਬਾਵਜੂਦ ਵੀ ਕਹਿੰਦੇ ਅਸੀਂ ਗੱਲਬਾਤ ਤੋਂ ਪਿੱਛੇ ਨਹੀਂ ਹਟਿਆ ਤੀਸਰੇ ਗੇੜ ਦੀ ਗੱਲਬਾਤ ਕਰਨ ਦੇ ਲਈ ਉਹਨਾਂ ਨੇ ਪਹਿਲਾਂ ਕਿਸਾਨਾਂ ਦੇ ਵੱਡੇ ਇਕੱਠ ਤੋਂ ਪਰਵਾਨ ਕੀ ਲਈ ਜਗਜੀਤ ਸਿੰਘ ਡੱਲੇਵਾਲ ਤੇ ਸਰਵਣ ਸਿੰਘ ਪੰਦੇਰ ਸ਼ੰਭੂ ਬਾਰਡਰ ਤੇ ਕਿਸਾਨਾਂ ਦੀ ਅਗਵਾਈ ਕਰ ਰਹੇ ਨੇ ਕਿਸਾਨ ਲੀਡਰਾਂ ਨੇ ਕਿਸਾਨ ਨਾਨਾ ਨੂੰ ਵੀ اپیل ਕੀਤੀ ਕਿ ਅੰਦੋਲਨ ਦੀ ਰੱਖਿਆ ਕਰਨ ਦਾ ਵੇਲਾ ਹੈ ਸਾਰਿਆਂ ਨੂੰ ਸਮਝਦਾਰੀ ਅਤੇ ਸੰਜਮ ਨਾਲ ਹੀ ਰਹਿਣਾ ਪਵੇਗਾ ਗੱਲਬਾਤ ਸੱਦਾ ਕਬੂਲ ਕਰਨ ਦੇ ਨਾਲ-ਨਾਲ ਕਿਸਾਨ ਲੀਡਰਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੁਨੇਹਾ ਭੇਜਿਆ ਕਿ ਪੰਜਾਬ ਹਰਿਆਣਾ ਬਾਰਡਰ ਤੇ ਗੋਲੇ ਦਾਗੜੇ ਬੰਦ ਕਰਾਏ ਜਾਣ ਅੱਜ ਸ਼ੰਭੂ ਤੇ ਖਨੌਰੀ ਸਰਹੱਦਾਂ ਤੇ ਸਰਕਾਰ ਨੇ ਜੇ ਹਾਲਾਤ ਠੀਕ ਰੱਖੇ ਤਾਂ ਹੀ ਅੱਜ ਦੀ ਮੀਟਿੰਗ ਸੰਭਵ ਹੋਵੇਗੀ ਇਹ ਚੇਤਾਵਨੀ ਵੀ ਕਿਸਾਨਾਂ ਨੇ ਜਾਰੀ ਕੀਤੀ ਹੈ ਸਰਵਣ ਸਿੰਘ ਪੰਦੇਰ ਨੇ ਕਿਹਾ ਕਿ ਅੰਦੋਲਨ ਹੁਣ ਖੜਾ ਹੋ ਚੁੱਕਿਆ ਤੇ ਸਰਕਾਰ ਇਸ ਨੂੰ ਹਿੰਸਕ ਬਣਾਉਣਾ ਚਾਹੁੰਦੀ ਹੈ ਸ਼ਰਾਰਤਾਂ ਕਰਵਾਈਆਂ ਜਾ ਰਹੀਆਂ ਨੇ ਕਹਿੰਦੇ ਮੇਰਾ ਫੋਨ ਟ੍ਰੇਸ ਹੋ ਰਿਹਾ ਸਰਹੱਦ ਤੇ ਪਹੁੰਚੇ ਪਹੁੰਚੇ ਐਡੀਜੀਪੀ ਪੰਜਾਬ ਦੇ ਖੁਫੀਆ ਵਿਭਾਗ ਜਦੋਂ ਮੇਰੇ ਨਾਲ ਖੇਤਾਂ ਵਿੱਚ ਗਏ ਤਾਂ ਉੱਥੇ ਪੈਲਟ ਗਨ ਨਾਲ ਕਹਿੰਦੇ ਮੇਰੇ ਤੇ ਹਮਲਾ ਹੋਇਆ ਪਿੱਛੇ ਖੜੇ ਨੌਜਵਾਨ ਦੀ ਅੱਖ 'ਚ ਵੀ ਜਾ ਕੇ ਲੱਗਿਆ ਮੈਂ ਕਹਿੰਦੇ ਜਦੋਂ ਲੋਕਾਂ ਨੂੰ ਸੰਬੋਧਨ ਕਰ ਰਿਹਾ ਸੀ ਉਦੋਂ ਵੀ ਅਥਰੂ ਗੈਸ ਦੇ ਗੋਲੇ ਛੱਡੇ ਗਏ ਜਿਹਾ ਲੱਗ ਰਿਹਾ ਸੀ ਜਿਵੇਂ ਕੇਂਦਰ ਸਰਕਾਰ ਗੱਲ ਕਰਨਾ ਹੀ ਨਹੀਂ ਚਾਹੁੰਦੀ ਸਾਡੇ ਕਹਿੰਦੇ ਫੇਸਬੁੱਕ ਤੇ ਟਵਿੱਟਰ ਖਾਤੇ ਬੰਦ ਕੀਤੇ ਜਾ ਰਹੇ ਨੇ ਮੈਸੇਜ ਆ ਰਹੇ ਨੇ ਕਿ ਤੁਸੀਂ ਦੇਸ਼ ਵਿਰੋਧੀ ਹੋ ਇਹ ਠੀਕ ਨਹੀਂ ਹੈ ਇਹ ਇਹਨਾਂ ਸਾਰੇ ਹਾਲਾਤਾਂ ਦੇ ਬਾਵਜੂਦ ਕਹਿੰਦੇ ਅਸੀਂ ਫੇਰ ਵੀ ਟਕਰਾ ਨਹੀਂ ਚਾਹੁੰਦੇ ਹਾਲੇ ਵੀ ਅਸੀਂ ਗੱਲਬਾਤ ਲਈ ਤਿਆਰ ਹਾਂ ਆਹ ਜਿਹੜਾ ਡਰੋਨ ਮੇਰੇ ਸਾਹਮਣੇ ਚੱਲਿਆ ਇਹਦਾ ਜਵਾਬ ਜ਼ਰੂਰ ਦੇ ਕਰਾਂਗੇ ਵੀ ਜਦੋਂ ਅਸੀਂ ਪੀਸਫੁਲੀ ਖਲੋਤੇ ਆ ਇਹ ਡਰੋਨ ਨੇ ਸਾਡੇ ਹੁੰਦਿਆਂ ਔਰ ਸਰਕਾਰ ਸ਼ਰਾਰਤ ਕਰ ਰਹੀ ਹੈ ਸਰਕਾਰ ਨੇ ਜਗਾ ਕੀਤਾ ਆਗੂ ਆਪਣੀ ਜਨਤਾ ਨੂੰ ਕੰਟਰੋਲ ਕਰ ਰਹੇ ਆ ਅਰੇ ਸਾਫ ਕਾਂ ਦੇ ਪਹਿਲੋਂ ਕੱਲ ਬਾ ਤਾਂ ਚੱਲੂਗੀ ਪਹਿਲੋਂ ਇਹ ਕੱਲ ਦਾ ਜਵਾਬ ਔਰ ਮੈਂ ਕਹਿੰਨਾ ਕੇਂਦਰ ਸਾਡਾ ਸਦਾ ਟਕਰਾ ਦੇਵੇ ਕੇਂਦਰ ਕਹੇ ਅਸੀਂ ਨਹੀਂ ਸਾਡੇ ਹੈਗੇ ਪਰ ਜਿਵੇਂ ਕਹੋਗੇ ਫਿਰ ਉਹਵੇਂ ਕਰਾਂਗੇ ਕਰ ਲਾਂਗੇ ਇਹ ਸਿਆਸਤ ਹੁੰਦੀ ਆ ਇਹਨੋਂ ਵੱਲ ਇਹ ਦੁਬਾਰਾ ਫੇਰ ਅਸੀਂ ਸ਼ੁਰੂ ਕਰਦੀ ਇੱਥੋਂ ਹੋਈ ਹੈ ਕਿ ਪਹਿਲਾਂ ਉਹ ਬੰਦ ਕਰ ਦੇ ਉਹ ਬ੍ਰੀਫਿੰਗ ਜਿਹੜੀ ਮੀਟਿੰਗ ਦੀ ਜਿਹੜੀ ਕਰਾਇਆ ਵੀਰੇ ਨਾਲ ਜਿਹੜੀ ਉਹ ਮੀਟਿੰਗ ਦੀ ਗੱਲ ਹੋਈ ਉਹਦੇ ਵਿੱਚੋਂ ਇੱਥੇ ਬੈਠਾ ਬੈਠਾ ਨਾ ਚਿੱਠੀ ਉਹਨਾਂ ਨੇ ਲੈਟਰ ਮੰਗਾਇਆ ਉਹ ਕਹਿੰਦੇ ਨੇ ਵੀ ਅਸੀਂ ਲੈਟਰ ਆ ਕੇ ਸਾਡੇ ਕੋਲੇ ਸਾਨੂੰ ਉਹ ਤੇ ਉਹਨਾਂ ਕੋਲ ਆ ਰਹੀ ਹੈ ਕੇਂਦਰ ਦੀ ਚੱਕੀ ਹੈ ਕੇਂਦਰ ਵੱਲੋਂ ਕੇਂਦਰ ਵੱਲੋਂ ਚਿੱਠੀ ਇਹਨਾਂ ਕੋਲ ਆ ਚੁੱਕੀ ਆ ਉਹਦੇ ਕੱਲ ਨੂੰ ਸ਼ਾਮ ਤੱਕ ਉਹਦੀ ਮੀਟਿੰਗ ਦਾ ਟਾਈਮ ਆ ਕੱਲ ਨੂੰ ਸ਼ਾਮ ਨੂੰ ਉਸੇ ਤਰੀਕੇ ਉਸੇ ਟਾਈਮ ਆਪਣੀ ਜਿਹੜੀ ਬੋਲੀ ਸਿੱਪਈ ਜੀ ਉਸੇ ਸੇਮ ਜਗ੍ਹਾ ਤੇ ਕੁਛ ਕਰੋ ਸੇਮ ਜਗ੍ਹਾ ਜਿੱਥੇ ਗੱਡੀ ਹੋਈ ਆ ਉੱਥੇ ਆ ਮਿਲ ਜੂ ਕਿਸਾਨ ਲੀਡਰਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਕਿ ਕੁਝ ਪੱਤਰਕਾਰਾਂ ਦੇ ਵੱਲੋਂ ਸ਼ਿਕਾਇਤਾਂ ਆਈਆਂ ਨੇ ਕਿ ਮੋਰਚੇ ਵਿੱਚ ਮੌਜੂਦ ਕੁਝ ਸ਼ਰਾਰਤੀ ਅੰਸਰਾਂ ਨੇ ਉਹਨਾਂ ਤੇ ਹਮਲਾ ਕੀਤਾ ਉਸ ਦੇ ਲਈ ਕਹਿੰਦੇ ਅਸੀਂ ਅਲਰਟ ਹੋ ਗਏ ਆ ਤੇ ਮਾਫੀ ਵੀ ਮੰਗਦੇ ਹਾਂ ਦੇਖਿਏ ਜੋ ਅੱਜ ਮੋਰਚੇ ਮੈਂ ਐਨਏੀ ਦੇ ਪੱਤਰਕਾਰ ਮੇਰੇ ਬਹੁਤ और कर्ण साहब को भी मैं जानता हूँ तो जो को जो उनके साथ हुआ हम सब दोनों पर उसके लिए सॉरी फील कर रहे हैं और एक जो हमने उसकी बात की तो क्या कैसे हुआ तो उन्होंने जैसे मास्क लगाया हुआ था जैकेट पहनी हुई थी तो शायद इसका भी लगा भी ये शायद पुलिसकर्मी था ठीक सर ठीक है मैं मान गया मैं मान गया नहीं 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 मेरी ठीक है नहीं ये 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 भी 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 तो नहीं दूसरा तो इस करके ये जो हुआ पहले हमने कहला वो ठीक नहीं हुआ और हम ये समझते भी जितना बड़ा ये आंदोलन आज खड़ा हो गया जितना बड़ा ये आंदोलन बन गया अब सरकार की मंशा ये होगी की इस तरह की घटना हो और ये आंदोलन का नुकसान हो तो मैं सभी जो भी हमारे ये प्रदेश पंजाब के या देश के लोग इस आंदोलन में जुड़े हुए हैं सभी को अपील करूंगा कि कृपया अब इस आंदोलन की रक्षा करने का समय आ गया है हम सबको अपने आंदोलन में गौर से देखें, पहचाने ਔਰ ਅਬ ਜੂਨੀਅਨ ਜੋ ਹੈ ਪੂਰੀ ਆਪਣੀ ਟੀਮ ਨੂੰ ਡਿਊਟੀਆਂ ਲਗਾਏਗੀ ਕਿ ਹਮ ਅਗੇ ਸੇ ਜਿਆਦਾ ਸਤਰਖੋ ਰਾਤ ਮੇਂ ਵੀ ਹੋ ਦਿਨ ਮੇਂ ਵੀ ਹੋ ਕਿ ਇਸ ਤਰ੍ਹਾਂ ਕੀ ਘਟਨਾ ਕਿਸੇ ਵੀ ਆਨੇ ਵਾਲੇ ਸਮੇਂ ਮੇਂ ਕਿਸੇ ਪੱਤਰਕਾਰ ਸੇ ਨਾ ਹੋ ਇਸ ਦਰਮਿਆਨ ਇਹ ਵੀ ਜਾਣਕਾਰੀ ਮਿਲੀ ਹੈ ਕਿ ਕੇਂਦਰੀ ਵਜ਼ੀਰਾਂ ਤੇ ਕਿਸਾਨ ਲੀਡਰਾਂ ਦਰਮਿਆਨ ਅੱਜ ਜਿਹੜੀ ਚੰਡੀਗੜ੍ਹ ਦੇ ਵਿੱਚ ਤੀਸਰੀ ਗ੍ਰੇਡ ਦੀ ਬੈਠਕ ਹੋਣੀ ਹੈ ਉਹ ਤੈ ਹੋਣ ਤੋਂ ਬਾਅਦ ਕਿਸਾਨਾਂ ਤੇ ਹਰਿਆਣਾ ਪੁਲਿਸ ਦਰਮਿਆਨ ਜ਼ਾਬਤੇ ਵਿੱਚ ਰਹਿਣ ਦੀ ਸਹਿਮਤੀ ਬਣ ਗਈ ਹੈ ਦੋਵਾਂ ਪੰਤਰਾਂ ਨੇ ਸਹਿਮਤੀ ਦਿੱਤੀ ਹੈ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਨਹੀਂ ਕਰਨਗੇ ਹਰਿਆਣਾ ਪੁਲਿਸ ਅਥਰੂ ਗੈਸ ਦੇ ਗੋਲੇ ਤੇ ਰਬੜ ਦੀਆਂ ਗੋਲੀਆਂ ਨਹੀਂ ਦਾਗੇਗੀ ਸੋ ਕਿਸਾਨਾਂ ਦੇ ਨਾਲ ਚੰਡੀਗੜ੍ਹ ਦੇ ਵਿੱਚ ਅੱਜ ਹੋਣ ਵਾਲੀ ਮੀਟਿੰਗ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਅਰਜਨ ਮੁੰਡਾ ਤੋਂ ਇਲਾਵਾ ਕੈਬਨਿਟ ਮੰਤਰੀ ਪਿਊਸ਼ ਗੋਇਲ ਅਤੇ ਨਿਤਿਆਨੰਦ ਰਾਏ ਸ਼ਾਮਿਲ ਹੋਣਗੇ ਤੇ ਕਿਸਾਨਾਂ ਵੱਲੋਂ ਮੁਖ ਲੀਡਰ ਜਗਜੀਤ ਸਿੰਘ ਡੱਲੇਵਾਲ ਅਤੇ ਸਰਵੰਤ ਸਿੰਘ ਪੰਦੇਰ ਹੋਣਗੇ ਤੇ ਪਤਾ ਲੱਗਿਆ ਕਿ ਅੱਜ ਵਾਲੀ ਮੀਟਿੰਗ ਤੋਂ ਪਹਿਲਾਂ ਕੱਲ ਕੇਂਦਰੀ ਵਜ਼ੀਰਾ ਨੇ ਦਿੱਲੀ ਵਿੱਚ ਵਿਚਾਰ ਚਰਚਾ ਵੀ ਕੀਤੀ ਖੇਤੀਬਾੜੀ ਮੰਤਰੀ ਆਰਜਨ ਮੁੰਡਾ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਇਸ ਮੁੱਦੇ ਤੇ ਮੀਟਿੰਗ ਕੀਤੀ ਪਰ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਤੇ ਕੱਲ ਸ਼ਾਮ ਨੂੰ ਕਿਸਾਨ ਲੀਡਰਾਂ ਨਾਲ ਪੰਜਾਬ ਸਰਕਾਰ ਦੇ ਸੀਨੀਅਰ ਪੁਲਿਸ ਅਫਸਰਾਂ ਨੇ ਰਾਜਪੁਰੇ ਮੀਟਿੰਗ ਕੀਤੀ ਜਿਸ ਵਿੱਚ ਅੱਜ ਹੋਣ ਵਾਲੀ ਬੈਠਕ ਦੀ ਰੂਪਰੇਖਾ ਉਲੀਕੀ ਗਈ ਇਸ ਤੋਂ ਪਹਿਲਾਂ ਵੀ ਕੇਂਦਰ ਸਰਕਾਰ ਨੇ ਕਿਸਾਨ ਲੀਡਰਾਂ ਦੇ ਨਾਲ 8 ਫਰਵਰੀ ਤੇ 12 ਫਰਵਰੀ ਨੂੰ ਪਹਿਲੇ ਤੇ ਦੂਸਰੇ ਗੇੜ ਦੀ ਮੀਟਿੰਗ ਕੀਤੀ ਸੀ ਦਿੱਲੀ ਕੂਚ ਤੋਂ ਪਹਿਲਾਂ ਹੋਈਆਂ ਇਹਨਾਂ ਦੋਵਾਂ ਬੈਠਕਾਂ ਦੇ ਵਿੱਚ ਹਾਲਾਂਕਿ ਗੱਲਬਾਤ ਕਿਸੇ ਤਣਪੱਤਣ ਨਹੀਂ ਲੱਗ ਸਕੀ ਕਿਸੇ ਇਸ ਕਰਕੇ ਹੀ 13 ਫਰਵਰੀ ਨੂੰ ਦਿੱਤੇ ਹੋਏ ਸਮੇਂ ਤੇ ਕਿਸਾਨਾਂ ਨੇ ਦਿੱਲੀ ਵੱਲ ਕੂਚ ਕੀਤਾ ਸੀ ਮੌਜੂਦਾ ਹਾਲਾਤਾਂ ਤੋਂ ਵੀ ਜਾਪਦਾ ਹੈ ਕਿ ਜੇ ਅੱਜ ਦੀ ਮੀਟਿੰਗ ਵਿੱਚ ਕੇਂਦਰੀ ਵਜ਼ੀਰ ਪਹਿਲੀਆਂ 2 ਮੀਟਿੰਗਾਂ ਦੇ ਵਿੱਚ ਕੀਤੀ ਪੇਸ਼ਕਸ਼ ਤੋਂ ਅਗਾਂਹ ਨਾ ਵਧੇ ਤਾਂ ਫਿਰ ਕੋਈ ਠੋਸ ਨਤੀਜੇ ਆਉਣ ਦੀ ਸੰਭਾਵਨਾ ਘੱਟ ਹੀ ਜਾਂਦੀ ਹੈ ਤੇ ਕਿਸਾਨਾਂ ਨੇ ਵੀ ਕਹਿੰਦੇ ਪੂਰਾ ਠਾਨ ਰੱਖਿਆ ਹੈ ਕਿ ਤੀਸਰੇ ਗੇੜ ਦੀ ਮੀਟਿੰਗ ਦੇ ਵਿੱਚ ਅੱਜ ਵਾਲੀ ਮੀਟਿੰਗ ਵਿੱਚ ਲਿਖਤੀ ਭਰੋਸੇ ਤੋਂ ਹੇਠਾਂ ਉਹ ਕੋਈ ਗੱਲ ਨਹੀਂ ਕਰਨਗੇ ਅੱਜ ਦੀ ਦੂਸਰੀ ਅਹਿਮ ਜਾਣਕਾਰੀ ਹੈ ਕਿ ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਹਰਿਆਣਾ ਹੱਦ ਤੇ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਦੇ ਵੱਲੋਂ ਕਿਸਾਨਾਂ ਤੇ ਜਿਹੜੇ ਅਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਨੇ ਰਬੜ ਦੀਆਂ ਗੋਲੀਆਂ ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਜਾ ਰਹੀਆਂ ਨੇ ਉਸ ਦੇ ਵਿਰੋਧ ਵਿੱਚ ਅੱਜ 15 ਫਰਵਰੀ ਨੂੰ 11 ਵਜੇ ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ 3 ਘੰਟਿਆਂ ਲਈ ਸੂਬੇ ਦੇ ਸਾਰੇ ਟੋਲ ਪਲਾਜ਼ੇ ਪਰਚੀ ਮੁਕਤ ਯਾਨਕੀ ਫ੍ਰੀ ਕੀਤੇ ਜਾਣਗੇ ਉਸ ਤੋਂ ਬਾਅਦ ਕੱਲ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਭਾਰਤ ਬੰਦ ਕਰਨ ਦਾ ਸੱਦਾ ਦਿੱਤਾ ਹੋਇਆ ਅੱਜ ਦੀ ਤੀਸਰੀ ਅਹਿਮ ਖਬਰ ਹੈ ਕਿ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਅਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਨੂੰ ਡਰੱਗ ਕੇਸ ਤੇ ਵਿੱਚ ਵਿਸ਼ੇਸ਼ ਜਾਂਚ ਟੀਮ ਨੇ ਪਟਿਆਲਾ ਦਫ਼ਤਰ ਦੇ ਵਿੱਚ ਸੱਦਿਆ ਸੀ ਪਰ ਮਜੀਠੀਆ ਤੋਂ ਅੱਜ ਹੋਣ ਵਾਲੀ ਪੁੱਛਗਿੱਛ ਨੂੰ ਮੁਲਤਵੀ ਕਰ ਦਿੱਤਾ ਗਿਆ ਕਿਉਂਕਿ ਪੁਲਿਸ ਫੋਰਸ ਕਿਸਾਨਾਂ ਦੇ ਪ੍ਰਦਰਸ਼ਨ ਦੇ ਵਿੱਚ ਰੁੱਝੀ ਹੋਈ ਹੈ ਹੁਣ ਮਜੀਠੀਆ ਨੂੰ ਮੁੜ ਤੋਂ ਸੱਮਨ ਜਾਰੀ ਕੀਤਾ ਜਾਵੇਗਾ ਸਿਟ ਦੇ ਮੁਖੀ ਤੇ ਡੀਆਜੀ ਹਰਚਰਨ ਸਿੰਘ ਭੁੱਲਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਚੌਥੀ ਅਹਿਮ ਖਬਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਪਣੀ ਪੰਜਾਬ ਬਚਾਓ ਯਾਤਰਾ ਇੱਕ ਦਿਨ ਦੇ ਲਈ ਮੁਲਤਵੀ ਕਰ ਦਿੱਤੀ ਹੈ ਤੇ ਦੁਪਹਿਰੇ 2 ਵਜੇ ਚੰਡੀਗੜ੍ਹ ਸਥਿਤ ਪਾਰਟੀ ਹੈੱਡਕੁਆਰਟਰ 'ਚ ਕੋਰ ਕਮੇਟੀ ਦੀ ਬੈਠਕ ਸੱਦ ਲਈ ਹੈ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਇਹ ਬੈਠਕ ਸੱਦੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਾ ਤੋੜ ਵਿਛੋੜਾ ਹੋਣ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾਈ ਹੈ ਹਾਲਾਂਕਿ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੁੱਖ ਤਰਜੀਹ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਕਰਨਾ ਹੈ। ਅਕਾਲੀ ਦਲ ਕਿਸਾਨਾਂ ਦੀ ਸਭ ਤੋਂ ਵੱਡੀ ਲੋਕਤੰਤਰੀ ਤੇ ਸਿਆਸੀ ਆਵਾਜ਼ ਹੈ ਤੇ ਪਾਰਟੀ ਨੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਅੱਗੇ ਹੋ ਕੇ ਲੜਾਈ ਲੜੀ ਹੈ। ਕੱਲ ਬਾਰਡਰ ਤੇ ਕੀ ਹਾਲਾਤ ਰਹੇ ਉਸ ਦੀ ਵੀ ਥੋੜੀ ਜੀ ਜਾਣਕਾਰੀ ਤੁਹਾਨੂੰ ਦੇ ਦਿੰਨੇ ਆ ਕਿ ਸ਼ੰਭੂ ਬਾਰਡਰ ਤੇ ਅਨੁਸ਼ਾਸਨ ਤੇ ਜ਼ਾਬਤਾ ਕਿਸਾਨਾਂ ਦੇ ਵਿੱਚ ਪੂਰਾ ਦੇਖਣ ਨੂੰ ਮਿਲਿਆ। ਕਿਸਾਨ ਲੀਡਰਾਂ ਨੇ ਪਰਸੋਂ ਦੀ ਸ਼ਾਮ ਨੂੰ ਕਹਿਤਾ ਸੀ ਕਿ ਕੱਲ ਨੂੰ ਮੀਟਿੰਗ ਕਰਾਂਗੇ ਉਸ ਤੋਂ ਬਾਅਦ ਦਿੱਲੀ ਕੂਚ ਕਰਾਂਗੇ ਤੇ ਕੱਲ ਫਿਰ ਕਿਸਾਨਾਂ ਨੇ ਸਬੋਧਨ ਕੀਤਾ ਕਿ ਜਦੋਂ ਗੱਲਬਾਤ ਦਾ ਸੱਦਾ ਮਿਲ ਗਿਆ ਤਾਂ ਦਿੱਲੀ ਕੂਚ ਦੀ ਕੋਸ਼ਿਸ਼ ਨਹੀਂ ਕੀਤੀ ਜਾਵੇਗੀ ਪਰ ਦੂਸਰੇ ਪਾਸੇ ਹਰਿਆਣਾ ਪੁਲਿਸ ਪ੍ਰਸ਼ਾਸਨ ਨੇ ਨੀਮ ਸੈਨਿਕ ਬਲਾਂ ਤੇ ਪੁਲਿਸ ਦੋਵਾਂ ਨੇ ਅਥਰੂ ਗੈਸ ਦੇ ਗੋਲੇ ਲਗਾਤਾਰ ਦਾਗਣੇ ਜਾਰੀ ਰੱਖੇ ਕੋਈ ਪਤਾ ਨਹੀਂ ਲੱਗਦਾ ਇੱਥੇ ਕਿਸਾਨਾਂ ਨੂੰ 5-6 ਕਿਲੋਮੀਟਰ ਦਾ ਜਿਹੜਾ ਲੰਬਾ ਮੋਰਚਾ ਇੱਥੇ ਲੱਗਿਆ ਉਸ ਦੇ ਵਿੱਚ ਕਦੋਂ ਕਿੱਥੇ ਗੋਲਾ ਡਿੱਗ ਪਵੇ ਕੁਝ ਪਤਾ ਨਹੀਂ ਤੇ ਹਰਿਆਣਾ ਪੁਲਿਸ ਦੇ ਇਸ ਹਮਲੇ ਦੇ ਵਿੱਚ ਹੁਣ ਤੱਕ 150 ਤੋਂ ਵੱਧ ਕਿਸਾਨ ਨੇ ਜਿਹੜੇ ਜ਼ਖਮੀ ਹੋ ਗਏ ਨੇ ਇਹਨਾਂ ਸਾਰੇ ਹਾਲਾਤਾਂ ਦੇ ਬਾਵਜੂਦ ਕੱਲ ਵੀ ਪੰਜਾਬ ਭਰ ਤੋਂ ਕਿਸਾਨ ਖਨੌਰੀ ਅਤੇ ਸ਼ੰਭੂ ਬਾਰਡਰਾਂ ਤੇ ਪਹੁੰਚਣੇ ਜਾਰੀ ਰਹੀ ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਦੀਆਂ ਲਾਈਨਾਂ ਇੱਥੇ ਲੱਗੀਆਂ ਹੋਈਆਂ ਨੇ ਬੀਬੀਆਂ ਦੇ ਜਥੇ ਵੀ ਕੱਲ ਪਹੁੰਚੇ ਹਨ ਦੇਗਾ ਤੇਗਾ ਚੋਂ ਨਿਕਲੇ ਹੋਏ ਆ ਜੀ ਉਹਨਾਂ ਦੇ ਵਾਰਸਾਂ ਸੋ ਡਰਤਾ ਸਾਡੇ ਹੈ ਹੀ ਨਹੀਂ ਇਹ ਸਾਡੀ ਅਣਖ ਨੂੰ ਵੰਗਾਰ ਰਹੇ ਆ ਤੇ ਅਣਖੀ ਆ ਤੇ ਸਰਬੱਤ ਦਾ ਭਲਾ ਲੈ ਕੇ ਚੱਲਣ ਵਾਲੇ ਆ ਸੋ ਮੈਨੂੰ ਨਹੀਂ ਲੱਗਦਾ ਵੀ ਡਰ ਸਾਡੇ 'ਚ ਹੈਗਾ ਕਿਉਂਕਿ ਪ੍ਰਮਾਤਮਾ ਦਾ ਹੱਥ ਹੈ ਆਸਮਾਨ ਦਾ ਸਾਡੀ ਹੌਸਲਾ ਫੁਜਾਈ ਕਰ ਰਿਹਾ ਧਰਤੀ ਲਈ ਅਸੀਂ ਲੜ ਰਹੇ ਆ ਸੋ ਕੋਈ ਡਰ ਨਹੀਂ ਹੈਗਾ ਭਣੇ ਤੁਸੀਂ ਖੇਤੀਬਾੜੀ ਕਰਦੇ ਹੋ ਜਾਂ ਪਿਓ ਦਾ ਦੇਦੀ ਖੇਤੀਬਾੜੀ ਉਹਨਾਂ ਨੂੰ ਕਰਦੇ ਦੇਖਿਆ ਵੀ ਇਸ ਕਰਕੇ ਪਿਆਰ ਆ ਖੇਤੀ ਦੇ ਨਾਲ ਇਹ ਕਹਿੰਦੀ ਬਹੁਤ ਹੀ ਵੱਡੇ ਕਿਸਾਨ ਤਾਂ ਨਹੀਂ ਦੋ ਕਿੱਲਾਂ ਦੇ ਮਾਲਕਾਂ ਐਵੇਂ ਕਹਿਦੀ ਐ ਜੀ ਮੇਰਾ ਘਰ ਵਾਲਾ ਵੀ ਖੇਤੀ ਕਰਦਾ ਹੈ ਤੇ ਮੇਰੇ ਬਾਪੂ ਸ਼੍ਰੀ ਵੀ ਖੇਤੀ ਕਰਦੇ ਨੇ ਸੋ ਐਮਐਸਪੀ ਦੀ ਜਿਹੜੀ ਲੜਾਈ ਆ ਉਹ ਆਪਣੇ ਪਿਓ ਨਾਲ ਵੀ ਆਏ ਆ ਹੁਣ ਲੜਨ ਤੇ ਆਪਣੇ ਘਰ ਵਾਲੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਜੀ ਅਸੀਂ ਦੋਨੇ ਮੀਆਂ ਬੀਬੀਆਂ ਆਏ ਆ ਤੇ ਅੰਤ ਤੱਕ ਲੜਦੇ ਰਾਂ ਖਨੌਰੀ ਸਰਹੱਦ ਤੇ ਤੱਕ ਅੱਲ ਪੁਲਿਸ ਨੇ ਕਿਸਾਨਾਂ ਤੇ लाਠੀ ਚਾਰਚ ਵੀ ਕੀਤਾ ਰਬੜ ਦੀਆਂ ਗੋਲੀਆਂ ਅਥਰੂ ਗੈਸ ਦੇ ਗੋਲੇ ਲਗਾਤਾਰ ਇੱਥੇ ਵੀ ਦਾਗੇ ਗਏ ਖਨੌਰੀ ਸਰਹੱਦ ਤੇ ਮਾਹੌਲ ਕੱਲ ਵੱਧ ਤਣਾਅਪੂਰਨ ਰਿਹਾ ਕਿਸਾਨਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਦਾ ਜ਼ ਤਾਰ ਸਾਹਮਣੇ ਆ ਰਹੇ ਹੈ ਤੂੰ ਫੌਜ ਲਈ ਬੈਠਾ ਸਾਡੇ ਮੁੰਡੇ ਨੇ ਅੱਜ ਜੇ ਇਹਨਾਂ ਦੀਆਂ ਗੋਲੀਆਂ ਤੇ ਸਾਡੇ ਬੰਨੀ ਮੂੰਹ ਨੇ ਇੱਕ ਦਿਨ ਅਸੀਂ ਇਹਨਾਂ ਨੂੰ ਵੀ ਸਮਝਾ ਦੇਾਂਗੇ ਕਹਿਣਾ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਜਿੱਥੋਂ ਤੱਕ ਵੀ ਥੋੜੀ ਨਿਊਜ਼ ਚੱਲੂਗੀ ਤਾਂ ਮੈਂ ਅਪੀਲ ਕਰਦਾ ਮੈਂ ਬੇਨਤੀ ਕਰਦਾ ਆਓ ਉਤਰਿਓ ਸਾਰੇ ਬਾਰਡਰਾਂ ਦੇ ਉੱਤੇ ਪਵਾ ਦੀ ਯੂਪੀ ਦੇ ਹੁਣ ਰਾਜਸਥਾਨ ਦੇ ਹੁਣ ਪਵਾ ਦੀ ਹਰਿਆਣੇ ਦੇ ਹੁਣ ਕਿੱਥੋਂ ਦੇ ਵੀ ਕਿਸਾਨ ਨੇ ਖੇਤੀ ਦੇ ਨਾਲ ਜੁੜੇ ਹੋਏ ਨੇ ਉਹ ਆਓ ਆਪੋ ਆਪਣੇ ਬਾਰਡਰਾਂ ਨੂੰ ਪੋਂਦੀ ਹੱਥੇ ਚਸੀਲ ਕਰ ਲੋ ਦਿੱਲੀ ਵਾਲੇ ਦੇ ਨੇੜੇ ਜਾ ਕੇ ਸੀਲ ਕਰ ਲੋ ਨਹੀਂ ਟੱਪਣ ਦੇ ਵਾਂਗ ਦੇਣਗੇ ਜੇ ਇਹਨਾਂ ਦੇ ਲੈਂਕ ਸਾਰੇ ਟੁੱਟ ਜਾਣਗੇ ਕੱਲ ਤੋਂ ਬਾਅਦ ਦੇ ਵਿੱਚ ਦਿੱਲੀ ਨਾਲੋਂ ਲੈਂਕ ਸਾਰੇ ਟੁੱਟ ਜਾਣਗੇ ਲੋਕ ਇਨਾਂ ਕੇ ਖੜੇ ਨੇਗੇ ਆ ਹਰਿਆਣੇ ਦੇ ਲੋਕਾਂ ਦੀ ਅੱਜ ਗੱਲ ਸੁਣੀ ਹੈ ਜਿਹੜੀ ਪੁਲਿਸ ਘਰਾਂ ਦੇ ਵਿੱਚ ਜਾ ਜਾ ਕੇ ਡਰਾਬੇ ਮਾਰਦੀ ਹੈ ਤੇ ਲੋਕਾਂ ਦੀਆਂ ਕਣਕਾਂ ਦੇ ਵਿੱਚ ਪਾਣੀ ਇਹਨਾਂ ਨੇ ਮੋਟਰਾਂ ਧੱਕੇ ਨਾਲ ਸੜ ਕੇ ਵੇ ਬਾਣਾ ਦੇ ਵਿੱਚ ਦੀ ਕਿਤਾ ਟਰੈਕਟਰ ਨਾਲ ਲੋਕ ਟਪਾ ਕੇ ਲੈ ਜਾਣਾ ਤੇ ਇਹ ਲੋਕਾਂ ਦੀਆਂ ਕਣਕਾਂ ਵੀ ਇਹਨਾਂ ਨੇ ਜਾਣ ਬੁੱਝ ਕੇ ਭਰੀਆਂ ਨੇ ਤੇ ਸਰਕਾਰ ਨੂੰ ਫੇਰ ਫੇਰ ਚੇਤਾਵਨੀ ਦਿਨਾ ਇਸ ਗੱਲ ਤੋਂ ਇਧਰ ਸ਼ੰਭੂ ਬਾਰਡਰ ਤੇ ਨੌਜਵਾਨਾਂ ਨੇ ਅਥਰੂ ਗੈਸ ਦੇ ਗੋਲਿਆਂ ਨੂੰ ਠੁੱਸ ਕਰਨ ਦੇ ਵੱਖ-ਵੱਖ ਤਰੀਕੇ ਵੀ ਲੱਭੇ ਨੇ ਜਿਸ ਨਾਲ ਗੋਲੇ ਅਸਰਹੀਣ ਹੋ ਰਹੇ ਨੇ ਖੇਤਾਂ ਵਿੱਚ ਕੰਮ ਆਉਣ ਵਾਲੇ ਵੱਡੇ-ਵੱਡੇ ਹਵਾਈ ਪੱਖੇ ਵੀ ਲਾਏ ਗਏ ਨੇ ਤਾਂ ਜੋ ਧੂਆਂ بے ਅਸਰ ਹੋ ਜਾਵੇ ਤੇ ਬੋਰੀਆਂ ਦੇ ਨਾਲ ਵੀ ਗੋਲੇ ਨੇ ਜਿਹੜੇ ਉਹ ਰੋਕ ਕੇ ਜਾ ਰਹੇ ਨੇ ਇਸ ਤੋਂ ਇਲਾਵਾ ਕੱਲ ਬਸੰਤ ਪੰਚਮੀ ਦੇ ਮੌਕੇ ਕਿਸਾਨਾਂ ਨੇ ਪਤੰਗ ਉਡਾ ਕੇ ਵੀ ਇੱਕ ਡਰੋਨ ਨੂੰ ਥੱਲੇ ਸੁੱਟ ਲਿਆ ਸੀ ਇਸ ਦਰਮਿਆਨ ਪੰਜਾਬ ਵਾਲੇ ਪਾਸੇ ਤਾਇਨਾਤ ਪੰਜਾਬ ਪੁਲਿਸ ਭਾਵੇਂ ਜ਼ਖਮੀ ਕਿਸਾਨਾਂ ਦੀ ਮਦਦ ਕਰ ਰਹੀ ਹੈ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਵੀ ਨਹੀਂ ਜਾ ਰਿਹਾ ਪਰ ਫਿਰ ਵੀ ਪੰਜਾਬ ਸਰਕਾਰ ਦੀ کارਗੁਜ਼ਾਰੀ ਤੇ ਸਵਾਲ ਉੱਠ ਰਹੇ ਨੇ ਕਿ ਪੰਜਾਬ ਦੇ ਵਿੱਚ ਸਰਕਾਰ ਦੀ ਮਨਜ਼ੂਰੀ ਦੇ ਬਾਵਜੂਦ ਕੁਝ ਇਲਾਕਿਆਂ ਦੇ ਵਿੱਚ ਇੰਟਰਨੈਟ ਸੇਵਾ ਬੰਦ ਕਿਉਂ ਕੀਤੀ ਗਈ ਹੈ ਪੰਜਾਬ ਵਾਲੇ ਪਾਸੇ ਹਰਿਆਣੇ ਦੇ ਵੱਲੋਂ ਲਗਾਤਾਰ ਡਰੋਨ ਭੇਜੇ ਜਾ ਰਹੇ ਨੇ ਗੋਲੇ ਦਾਗੇ ਜਾ ਰਹੇ ਨੇ 150 ਤੋਂ ਵੱਧ ਕਿਸਾਨ ਜ਼ਖਮੀ ਹੋ ਗਏ ਨੇ ਉਸ ਸਬੰਧੀ ਪੁਲਿਸ ਕੇਸ ਕਿਉਂ ਨਹੀਂ ਦਰਜ ਕਰ ਰਹੀ ਇਹਨਾਂ ਸਵਾਲਾਂ ਦੇ ਦਰਮਿਆਨ ਪੰਜਾਬ ਸਰਕਾਰ ਨੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਕਿਹਾ ਕਿ ਸਾਡੀ ਸਰਹੱਦ ਤੇ ਡਰੋਨ ਨਾ ਭੇਜੋ ਜਿਸ ਤੇ ਹਰਿਆਣਾ ਦੇ ਗ੍ਰਹਿ ਮੰਤਰੀ ਦਾ ਬਿਆਨ ਸਾਹਮਣੇ ਆਇਆ ਹੈ ਹੈਰਾਨੀ ਪ੍ਰਗਟਾਉਂਦਿਆਂ ਅਨਿਲ ਵੇਜ ਨੇ ਕਿਹਾ ਕੀ ਕੀ ਇਹ ਭਾਰਤ ਪਾਕਿਸਤਾਨ ਦੀ ਸਰਹੱਦ ਬਣ ਗਈ ਹੈ ਜੇ ਕੋਈ ਸਾਡੀ ਪੁਲਿਸ ਤੇ ਹਮਲਾ ਕਰਕੇ ਪੰਜਾਬ ਵੱਲ ਨੂੰ ਭੱਜਦਾ ਹੈ ਤਾਂ ਕੀ ਅਸੀਂ ਉਸ ਦਾ ਪਿੱਛਾ ਕਰਕੇ ਉਸ ਨੂੰ ਫੜ ਨਹੀਂ ਸਕਦੇ ਯਾਨੀ ਕਿ ਹਰਿਆਣਾ ਦੇ ਗ੍ਰਹਿ ਮੰਤਰੀ ਨੇ ਇਲਜ਼ਾਮ ਲਾਇਆ ਹੈ ਕਿ ਪੰਜਾਬ ਵਾਲੇ ਪਾਸਿਓਂ ਕਿਸਾਨ ਹਰਿਆਣਾ ਦੀ ਪੁਲਿਸ ਤੇ ਹਮਲਾ ਕਰ ਰਹੇ ਨੇ ਉਧਰ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਨੇ ਦਿੱਲੀ ਚੱਲੋ ਮਾਰਚ ਦੌਰਾਨ ਸ਼ੰਭੂ ਬਾਰਡਰ ਤੇ ਹਰਿਆਣਾ ਪੁਲਿਸ ਦੀ ਕਾਰਵਾਈ ਚ ਜ਼ਖਮੀ ਹੋਏ ਇੱਕ ਕਿਸਾਨ ਦੇ ਨਾਲ ਫੋਨ ਤੇ ਗੱਲਬਾਤ ਕਰਕੇ ਉਸ ਦੀ ਖਬਰ ਸਾਰ ਲਈ ਅਤੇ ਮੋਦੀ ਸਰਕਾਰ ਦੇ ਕਿਸਾਨਾਂ ਪ੍ਰਤੀ ਤਾਨਾਸ਼ਾਹੀ ਰਵੱਈਏ ਦੀ ਨਿਖੇਦੀ ਕੀਤੀ ਹਰਿਆਣਾ ਪੁਲਿਸ ਨਾਲ ਝੜਪ ਦੌਰਾਨ ਜ਼ਖਮੀ ਹੋਏ ਕਿਸਾਨਾਂ ਦੀ ਖਬਰ ਸਾਰ ਲੈਣ ਦੇ ਲਈ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਰਾਜਪੂਰਾ ਦੇ ਸਰਕਾਰੀ ਹਸਪਤਾਲ ਪਹੁੰਚੇ ਸਨ

ये एक मिनट करें आप स्पीकर ऑन तो तो जी, जी। बढ़िया सर कहां चोट लगी आपको सर मेरे एक आंख में है और दोनों हाथों पे छर्रे लगे हुए हैं गोलियों के सर अच्छा हाँ जी पुलिस वालों ने मारे पुलिस वालों ने डायरेक्ट गोली हिट की है जी अच्छा आंख में तो नहीं लगी ना आंख में सर डायरेक्ट एक छर्रा लगा हुआ है बाकी हाथों और दोनों हाथों पे है जी अरे भाई आपकी आंख आपको आप नहीं, नहीं डेमेज तो नहीं है सर ऊपर जो पलक होती है उसके ऊपर ही चोट अच्छा है बाकी आंका बचा है चेक होगा अभी हाँ जी बचा फिलहाल का जी अच्छा तो आपको आपको शरीर पे चढ़ लगे हाँ हाँ जी हाँ जी सर कितने लोग घायल हुए वहाँ पे तकरीबन सर सौ से ज्यादा तो घायल हो चुके हैं बाकी अभी चल रही लगातार फेरिंग सर ਮਸ਼ਹੂਰ ਖੇਤੀਬਾੜੀ ਵਿਗਿਆਨੀ ਮਰਹੂਮ ਡਾਕਟਰ ਐਮ ਐਸ ਸੁਆਮੀ ਨਾਥਨ ਦੀਆਂ ਧੀਆਂ ਮਧੁਰਾ ਅਤੇ ਸੌਮਿਆ ਨੇ ਕਿਹਾ ਕਿ ਕਿਸਾਨ ਸਾਡੇ ਅੰਨ ਦਾਤੇ ਨੇ ਉਹਨਾਂ ਨਾਲ ਅਪਰਾਧੀਆਂ ਵਰਗਾ ਵਿਹਾਰ ਨਹੀਂ ਕਰਨਾ ਚਾਹੀਦਾ ਹਰਿਆਣਾ ਪੁਲਿਸ ਦੇ ਵੱਲੋਂ ਜਿਸ ਤਰ੍ਹਾਂ ਕਿਸਾਨਾਂ ਤੇ ਤਸ਼ੱਦਦ ਢਾਇਆ ਜਾ ਰਿਹਾ ਹੈ ਅੜਿੱਕੇ ਖੜੇ ਕੀਤੇ ਨੇ ਉਸ ਤੇ ਚਿੰਤਾ ਪ੍ਰਗਟਾਉਂਦੇ ਆ ਡਾਕਟਰ ਸੁਆਮੀ ਨਾਥਨ ਦੀਆਂ ਧੀਆਂ ਨੇ ਕਿਹਾ ਕਿ ਕਿਸਾਨਾਂ ਤੇ ਜ਼ੁਲਮ ਕਰਨ ਦੀ ਥਾਂ ਉਹਨਾਂ ਨੂੰ ਇੱਜ਼ਤ ਮਾਣ ਦੇਣਾ ਚਾਹੀਦਾ ਹੈ ਡਾਕਟਰ ਸੁਆਮੀ ਨਾਥਨ ਨੂੰ ਮੋਦੀ ਸਰਕਾਰ ਨੇ ਮਰਨ ਉਪਰੰਤ ਭਾਰਤ ਰਤਨ ਦੇਣ ਦਾ ਐਲਾਨ ਕੀਤਾ ਹੈ ਉਹਨਾਂ ਦੀਆਂ ਧੀਆਂ ਦੇ ਵੱਲੋਂ ਦਿੱਤੇ ਇਸ ਬਿਆਨ ਦੇ ਨਾਲ ਸਰਕਾਰ ਕੁਛ ਨਾ ਕੁਛ ਨਰਮੀ ਦਿਖਾਵੇਗੀ ਜਾਂ ਫਿਰ ਨਹੀਂ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਹਰਿਆਣਾ ਅਤੇ ਪੰਜਾਬ ਦੇ ਕਿਸਾਨ ਭਾਵੇਂ ਹਲੇ ਸਰਹੱਦਾਂ ਤੇ ਹੀ ਬੈਠੇ ਨੇ ਯਾਨੀ ਕਿ ਪੰਜਾਬ ਹਰਿਆਣਾ ਦੀਆਂ ਹੱਦਾਂ ਤੇ ਹੀ ਬੈਠੇ ਨੇ ਉਹਨਾਂ ਨੂੰ 1 ਇੰਚ ਵੀ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ ਇਸ ਦੇ ਬਾਵਜੂਦ ਦਿੱਲੀ ਦੇ ਵਿੱਚ ਪਹਿਲਾਂ ਹੀ ਪੁਲਿਸ ਨੇ ਵੱਡੀਆਂ-ਵੱਡੀਆਂ ਰੋਕਾਂ ਖੜ੍ਹੀਆਂ ਕਰ ਦਿੱਤੀਆਂ ਨੇ ਸਿੰਘੂ ਤੇ ਟਿੱਕਰੀ ਸਰਹੱਦ ਤੇ ਬਹੁ-ਪਰਤੀ ਬੈਰੀਕੇਡਿੰਗ ਲਾ ਕੇ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ ਦਿੱਲੀ ਦੇ ਸਰਹੱਦੀ ਖੇਤਰਾਂ ਵਿੱਚ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਹਰਿਆਣਾ ਨਾਲ ਲੱਗਦੇ ਸਿੰਗੂ ਅਤੇ ਟਿੱਕਰੀ ਬਾਰਡਰਾਂ ਨੂੰ ਤਾਂ ਆਵਾਜੇ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਕਿਸਾਨਾਂ ਦਾ ਦਿੱਲੀ ਵੱਲ ਮਾਰਚ ਰੋਕਣ ਲਈ ਸਿੰਗੂ ਹੱਦ ਦੇ ਨੇੜੇ ਇੱਕ ਪਿੰਡ ਦੇ ਵਿੱਚ ਸੜਕ ਦਾ ਇੱਕ ਹਿੱਸਾ ਪੂਰੀ ਤਰ੍ਹਾਂ ਪੱਟ ਦਿੱਤਾ ਗਿਆ ਹੈ। ਯੂਪੀ ਨਾਲ ਲੱਗਦੇ ਅਫਸਰਾ ਅਤੇ ਗਾਜ਼ੀਪੁਰ ਹੱਦਾਂ ਆਵਾਜੇ ਲਈ ਇੱਕ ਪਾਸਿਓਂ ਖੁੱਲੀਆਂ ਨੇ ਪਰ ਦੋਵੇਂ ਥਾਈਂ ਭਾਰੀ ਸੁਰੱਖਿਆ ਬਲ ਤਾਇਨਾਤ ਨੇ। ਟ੍ਰੈਫਿਕ ਪੁਲਿਸ ਨੇ ਐਡਵਾਈਜ਼ਰੀ ਜਾਰੀ ਕਰਦੇ ਹਾਂ ਦਿੱਲੀ ਨੋਇਡਾ ਦਿੱਲੀ ਮਾਰਗ ਦੀਆਂ ਦੋ ਲੇਨਾਂ ਆਮ ਲੋਕਾਂ ਲਈ ਖੁੱਲੀਆਂ ਨੇ। ਪੁਲਿਸ ਨੇ ਕਿਹਾ ਕਿ ਦਿੱਲੀ ਤੋਂ ਹਰਿਆਣਾ ਤੇ ਪੰਜਾਬ ਦੇ ਲਈ ਰੋਤਕ ਰੋਡ, ਨਜ਼ਫਗੜ ਚਰਾਉਦਾ ਰੋਡ ਰਤਾਂਸਾ ਰੋਡ ਰਾਹੀਂ ਜਾਇਆ ਜਾਵੇ ਕਿਸਾਨ ਅੰਦੋਲਨ ਕਰਕੇ ਹਵਾਈ ਟਿਕਟਾਂ ਅਸਮਾਨੀ ਚੜ ਗਈਆਂ ਨੇ ਪ੍ਰਾਈਵੇਟ ਬੱਸਾਂ ਟਰੱਕਾਂ ਤੇ ਟੈਕਸੀਆਂ ਦਾ ਕਿਰਾਇਆ ਵਧਣ ਦੇ ਵੀ ਅਸਰ ਨੇ ਹਵਾਈ ਉਡਾਣਾਂ ਵਿੱਚ ਯਾਤਰੀਆਂ ਦੀ ਗਿਣਤੀ ਵੱਧ ਗਈ ਹੈ ਤੇ ਹਵਾਈ ਕੰਪਨੀਆਂ ਨੇ ਇਸ ਮੌਕੇ ਦਾ ਘਟੀਆ ਤਰੀਕੇ ਦੇ ਨਾਲ ਫਾਇਦਾ ਚੁੱਕਣਾ ਸ਼ੁਰੂ ਕਰ ਦਿੱਤਾ 3-3000 ਦੀ ਟਿਕਟ 13 14 15 16 17000 ਤੱਕ ਵੇਚੀ ਜਾ ਰਹੀ ਹੈ ਇੱਥੋਂ ਤੱਕ ਕਿ 30000 ਤੱਕ ਵੀ ਟਿਕਟਾਂ ਵੇਚ ਜਾਂਦੀ ਖਬਰ ਮਿਲੀ ਹੈ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਜਥੇਬੰਦੀ ਨੇ ਇਸ ਦਾ ਤਿੱਖਾ ਵਿਰੋਧ ਕੀਤਾ ਹੈ ਮੋਹਾਲੀ ਦੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਦਾਖਲ ਜ਼ਖਮੀ ਕਿਸਾਨਾਂ ਨੂੰ ਮਿਲਣ ਦੇ ਲਈ ਕੱਲ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਪਹੁੰਚੇ ਇਸ ਮੌਕੇ ਉਹਨਾਂ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਜ਼ਖਮੀ ਕਿਸਾਨਾਂ ਦਾ ਇਲਾਜ ਕਰਵਾਏਗੀ ਪਤਾ ਲੱਗਿਆ ਕਿ ਕੁਝ ਮੀਡੀਆ ਕਰਮੀ ਵੀ ਜ਼ਖਮੀ ਹਾਲਤ ਵਿੱਚ ਹਸਪਤਾਲਾਂ ਵਿੱਚ ਦਾਖਲ ਨੇ ਮੋਹਾਲੀ ਦੇ ਸਿਵਲ ਹਸਪਤਾਲ ਰਾਜਪੁਰਾ ਦੇ ਵਿੱਚ 55 ਕਿਸਾਨਾਂ ਦਾ ਇਲਾਜ ਚੱਲ ਰਿਹਾ ਹੈ ਭਾਰਤੀ ਕਿਸਾਨ ਯੂਨੀਅਨ ਚੜੂਨੀ ਨੇ ਵੀ ਸੰਘਰਸ਼ ਕਰ ਰਹੇ ਕਿਸਾਨਾਂ ਦੇ ਸਮਰਥਨ ਦਾ ਐਲਾਨ ਕਰ ਦਿੱਤਾ ਹੈ ਕੱਲ ਐਮਰਜੈਂਸੀ ਮੀਟਿੰਗ ਸੱਦੀ ਗਈ ਜਿਸ ਵਿੱਚ ਦਿੱਲੀ ਕੂਚ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦੀ ਮੌਜੂਦਾ ਸਥਿਤੀ ਤੇ ਵਿਚਾਰਾ ਹੋਈਆਂ ਤੇ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਅਸੀਂ ਕਿਸਾਨਾਂ ਦਾ ਸਮਰਥਨ ਕਰਦੇ ਹਾਂ ਕਿਉਂਕਿ ਕਿਸਾਨਾਂ ਦੇ ਸੰਘਰਸ਼ ਨੂੰ ਕੁਚਲਿਆ ਜਾ ਰਿਹਾ ਹੈ ਤੇ ਅਸੀਂ ਅਜਿਹੇ ਗੈਰਕਾਨੂੰਨੀ ਟੰਗਾਂ ਦੀ ਨਿੰਦਿਆ ਕਰਦੇ ਹਾਂ ਅੱਜ ਫੇਰ ਜਥੇਬੰਦੀ ਦੀ ਮੀਟਿੰਗ ਹੋਵੇਗੀ ਜਿਸ ਤੋਂ ਬਾਅਦ ਅਗਲੀ ਰਣਨੀਤੀ ਉਲੀਕੀ ਜਾਏਗੀ ਸੋ ਪੂਰੇ ਸੰਕੇਤ ਮਿਲ ਰਹੇ ਨੇ ਕਿ ਚੜੂਨੀ ਦੀ ਅਗਵਾਈ ਦੇ ਵਿੱਚ ਕਿਸਾਨ ਇਸ ਮੋਰਚੇ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਪੰਜਾਬ ਤੇ ਹਰਿਆਣਾ ਦੇ ਬਾਰਡਰ ਸੀਲ ਹੋਣ ਕਰਕੇ ਦੋਵਾਂ ਸੂਬਿਆਂ ਦੇ ਵਿੱਚ ਸਰਕਾਰੀ ਬੱਸਾਂ ਤਾਂ ਪਹਿਲਾਂ ਹੀ ਬੰਦ ਹੋ ਚੁੱਕੀਆਂ ਨੇ ਤੇ ਹੋਰ ਜਿਹੜੇ ਵਾਹਨ ਨੇ ਉਹਨਾਂ ਨੂੰ ਵੀ ਆਉਣ ਜਾਣ ਦੇ ਵਿੱਚ ਵੱਡੀ ਮੁਸ਼ਕਲ ਖੜੀ ਹੋ ਰਹੀ ਹੈ ਤੇ ਇਹਦਾ ਅਸਰ ਸਨਤਾਂ ਤੇ ਵੀ ਪੈਣ ਲੱਗਿਆ ਹੈ ਟਰੱਕਾਂ ਦੀ ਆਵਾਜਾਈ ਠੱਪ ਹੋਈ ਪਈ ਹੈ ਸਮਾਨ ਦੀ ਬਰਾਮਦ ਦਰਾਮਦ ਰੁਕ ਗਈ ਹੈ ਸਾਈਕਲ ਆਟੋ ਪਾਰਟਸ ਹੈਂਡ ਟੂਲਸ ਕੱਪੜੇ ਸਣੇ ਹੋਰ ਸਨਤਾਂ ਦੇ ਵਿੱਚ ਤਿਆਰ ਪਿਆ ਮਾਲ ਵੀ ਪੰਜਾਬ ਤੋਂ ਬਾਹਰ ਸਪਲਾਈ ਨਹੀਂ ਕੀਤਾ ਜਾ ਰਿਹਾ ਪੰਜਾਬਦਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਸਰਕਾਰ ਦੇ ਇਸ ਰਵੱਈਏ ਦੀ ਤਿੱਖੀ ਆਲੋਚਨਾ ਕੀਤੀ ਹੈ। ਇਸ ਦਰਮਿਆਨ ਮਾਨ ਸਰਕਾਰ ਤੇ ਵਿਰੋਧੀਆਂ ਦੇ ਹਮਲੇ ਵੀ ਹੋਏ ਰਹੇ ਨੇ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੇ ਬੀਜੇਪੀ ਸਰਕਾਰ ਵੱਲੋਂ ਕਿਸਾਨਾਂ ਤੇ ਕੀਤੇ ਤਸ਼ੱਦਦ ਦੀ ਨਿਖੇਦੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਕਿਸਾਨਾਂ ਦੀ ਰੱਖਿਆ ਕਰਨੀ ਚਾਹੀਦੀ ਹੈ ਤਾਂ ਕਿ ਉਹਨਾਂ ਦੇ ਪੱਗ ਨੂੰ ਬਚਾਇਆ ਜਾ ਸਕੇ। ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਬੋਧਨ ਹੁੰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਆਪਣੇ ਇਲਾਕੇ ਦੀ ਰਾਖੀ ਕਰੋ। ਤੁਹਾਡੇ ਇਲਾਕੇ ਵਿੱਚ ਦੂਸ ਸਨੇਹ ਹੱਥੇ ਤੇ ਸ਼ਾਂਤਮਈ ਸੰਘਰਸ਼ ਕਰ ਰਹੇ ਕਿਸਾਨਾਂ ਤੇ ਤਸ਼ੱਦਦ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਮਮਤਾ ਬੈਨਰਜੀ ਵਾਂਗ ਸਾਨੂੰ ਸੰਗੀ ਢਾਂਚੇ ਦੀ ਰੱਖਿਆ ਕਰਨੀ ਚਾਹੀਦੀ ਹੈ ਪਟਿਆਲਾ ਦੇ ਡੀਸੀ ਸ਼ੌਕਤ ਅਹਿਮਦ ਪਰੇ ਨੇ ਕੱਲ ਅੰਮ੍ਰਾਲਾ ਦੇ ਡੀਸੀ ਨੂੰ ਚਿੱਠੀ ਲਿਖ ਕੇ ਜਿਹੜਾ ਪੰਜਾਬ ਵਾਲੇ ਪਾਸੇ ਡਰੋਨ ਭੇਜਣ ਤੋਂ ਵਰਜਿਆ ਸੀ ਉਸ ਦਾ ਮਾਲਾ ਦੇ ਡੀਸੀ ਨੇ ਕੀ ਜਵਾਬ ਦਿੱਤਾ ਇਸ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਗ੍ਰਹਿ ਮੰਤਰੀ ਨੇ ਜ਼ਰੂਰ ਜਵਾਬ ਦਿੱਤਾ ਅਨਿਲ ਵੇਜ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਬੀਜੇਪੀ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਲੋਕਾਂ ਤੋਂ ਅੰਦੋਲਨ ਦਾ ਹੱਕ ਖੋਇਆ ਜਾ ਰਿਹਾ ਹੈ ਆਵਾਦਵੀ ਪਾਰਟੀ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਨੀ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਖਾਲਿਸਤਾਨ ਨਾਲ ਨਾ ਜੋੜਿਆ ਜਾਵੇ ਖਨੌਰੀ ਬਾਰਡਰ ਤੋਂ ਖਬਰ ਮਿਲੀ ਹੈ ਜਿੱਥੇ ਕਿਸਾਨਾਂ ਨੇ ਸ਼ੱਕ ਦੇ ਆਧਾਰ 'ਤੇ ਇੱਕ ਸੀਆਈਡੀ ਅਧਿਕਾਰੀ ਸਤੰਦਰਪਾਲ ਸਿੰਘ ਨੂੰ ਫੜ ਲਿਆ ਤੇ ਦੋਸ਼ ਲਾਇਆ ਕਿ ਸੀਆਈਡੀ ਅਧਿਕਾਰੀ ਕਿਸਾਨਾਂ ਦੀ ਰਣਨੀਤੀ ਦਾ ਭੇਤ ਲੈਣ ਆਇਆ ਸੀ ਹਾਲਾਂਕਿ ਬਾਅਦ ਵਿੱਚ ਅਧਿਕਾਰੀ ਨੂੰ ਛੱਡ ਦਿੱਤਾ ਗਿਆ